ਕਿੱਧਰ ਚੁੱਕ ਲਈ ਗਈ ਬੰਬੀ ਤੇ ਚੱਲਾਂ ਵਾ ਪਨੀਰੀ ਪਨੂਰੀ ਫਰੀਦਣੀ ਆ ਮੈਂ ਵੱਟਾ ਵੱਟਾ ਸਹੀ ਕਰ ਗਿਆ ਵਾ ਚੱਲ ਜਾ ਕਰ ਆ ਹੈ ਪਾਣੀ ਪੁਣੀ ਪੁੱਛ ਲਿਓ ਉਹਨਾਂ ਨੇ ਤੇ ਪਤਾ ਨਹੀਂ ਪਾਣੀ ਪੁੱਛਣ ਦਾ ਕਿਤੇ ਉਹ ਪੁੱਛ ਲੈਣਗੀਆਂ ਪਿਆਰ ਨਾਲ ਰਿਹਾ ਕਰ ਥੋੜਾ ਜਿਹਾ ਭਰਜਾਈਆਂ ਤੇਰੀਆਂ ਦੋਵੇਂ ਮੈਂ ਤੇ ਪਿਆਰ ਨਹੀਂ ਰਹਿਣਾ ਵਾ ਨਾਲੇ ਵੱਡੀਆਂ ਤੇਰੇ ਤੋਂ ਹੀ ਤੇ ਕਰਿਆ ਕਰ ਉਹਨਾਂ ਦੀ ਠੀਕ ਆ ਕਿਤੇ ਮਾੜਾ ਮੋਟਾ ਰਿਸ਼ਤਾ ਕਰਾ ਦੇਣਗੀਆਂ ਚਲੋ ਤੇ ਪਾਣੀ ਲੈ ਆਇਓ ਲੈ ਆਉਣਾ ਕੋਈ ਨਹੀਂ ਮੈਂ ਉਹਨਾਂ ਨੂੰ ਕਹਿਦਾ ਉਹਨਾਂ ਲੈ ਆਉਣਾ ਵਾ ਮੈਂ ਆਪਣੇ ਥੋੜਾ ਪੱਠਾ ਰੱਥਾ ਪਾ ਕੇ ਇੱਕ ਦੋ ਕੰਮ ਹੋਰ ਕਰਵਾ ਕਮਲਾ ਨਾ ਹੋਏ ਹਰ ਵਾਲੇ ਦੇਸ ਜੀ ਰੱਖਦਾ ਅੰਦਰ ਉਹ ਜੀ ਹੋ ਇਹਦਾ ਨਾ ਮਸਲਾ ਹੱਟਦੀਆਂ ਸਤੌਂਦੀਆਂ ਰਹਿੰਦੀਆਂ ਸਾਰੀ ਢੇੜੀਆਂ ਨੂੰ ਲਓ ਕਰਮ ਵਾਲੀਆਂ ਤੁਸੀਂ ਦਿਖਾਓ ਹੁਣ चल मना कोई होर काम वेख जा हूँ डंगर तो ठीक है पानी तानी उड़ाता है पट्ठे पाते हम इदा करदा वा मेरी माँ को कहना तू उन्होंने पानी पूछा जाके है तो काम एक दो हो कर लेना मैं ਮੇਰੀ ਗੱਲ ਸੁਣ ਆ ਲੇਬਾ ਪੁੱਜੀ ਬਾਅਦ ਚ ਦੇ ਦੇਣਗੇ ਉਹ ਮੁੰਡੇ ਨੂੰ ਪਾਣੀ ਵੀ ਦੇ ਕੇ ਆ ਗਏ ਜੀ ਮੇਰੇ ਕੋਲ ਮੈਨੂੰ ਕੀ ਲੋੜ ਉਹਨੂੰ ਪਾਣੀ ਦੇਣ ਜਾਣ ਦੀ ਉੱਥੇ ਬੰਬੀ ਚੱਲੇ ਜੋ ਪਾਣੀ ਨੂੰ ਪੀ ਸਕਦਾ ਹੈ ਬੱਤੀ ਬੰਦ ਨਾ ਬੱਤੀ ਨਹੀਂ ਗਈ ਹੁੰਦੀ ਸਵੇਰ ਦਾ ਕੰਮ ਤੇ ਗਿਆ ਅਗਲਾ ਤੇ ਜੀ ਬੱਚੇ ਚੰਗਾ ਬੜਾ ਪਾਣੀ ਤੇ ਬੱਚੇ ਦਾ ਪਾਣੀ ਪੀਣ ਵਾਲਾ ਉਹਨੂੰ ਕੀ ਹੋਇਆ ਕਈ ਉੱਥੇ ਕੁੱਤੇ ਬਿੱਲੇ ਆਉਂਦੇ ਜਾਂਦੇ ਪਾਣੀ ਪੀਂਦੇ ਰਹਿੰਦੇ ਆ ਅਸੀਂ ਹੁਣੇ ਮੋਟਰ ਬੰਦ ਹੋ ਗਈ ਜੀ ਵੀ ਨਹੀਂ ਗੱਲ ਹੈਗੀ ਹੱਦ ਵਾ ਯਾਰ ਤਾਂ ਨਹੀਂ ਜਾਂ ਬੋਦੀ ਕੰਮ ਜਾ ਕੇ ਆਪਦੇ ਆ ਸਾਰੇ ਦਿਨ ਨੂੰ ਮਰਦਾ ਰਹਿੰਦਾ ਉਹਨੇ ਤੁਸੀਂ ਕਿਹੜੇ ਪਾਣੀ ਨਹੀਂ ਉਹਦੇ ਮਗਰ ਖੜਦੇ ਆਣਾ ਤੇ ਮਗਰ ਹੀ ਪਾਣੀ ਦਾ ਕੇ ਤੁਰਨਾ ਸੀ ਮੈਂ ਤਾਂ ਦੇ ਕੇ ਮੈਂ ਪਾਣੀ ਮੈਂ ਵੇਲਾ ਮੈਂ ਉਹਨਾਂ ਨੂੰ ਪਲਸਰ ਹੋਇਆ ਜਿਹੜਾ ਉਹ ਪਾਣੀ ਲਾਉਂਦਾ ਆ ਮਿਸਤਰੀ ਕੀਤਾ ਤੁਹਾਨੂੰ ਕੀ ਲੋੜ ਹੀ ਨਹੀਂ ਲੱਭ ਕੇ ਆਣ ਕੇ ਲਾ ਲੈਂਦੇ ਓਏ ਹੋਰ ਜਾਂਦੇ ਆਪਣੇ ਹੋਰ ਕੰਮ ਲੱਗ ਜਾਂਦੇ ਆ ਉਹ ਰਹਿ ਗਿਆ ਰਹਿ ਗਿਆ ਕੰਮ ਬਸ ਠੀਕ ਆ ਸਾਰਾ ਦਿਨ ਇਹੀ ਕੰਮ ਕਰਦੇ ਰਹਿੰਦੇ ਆ ਮੁੜ ਕੇ ਉਹਦੇ ਮਗਰ ਚਾਹ ਪਾਣੀ ਲੈ ਕੇ ਚੱਲ ਜਾਂਦੇ ਤੇ ਕਿੰਨੇ ਖੜਦਾ ਦੱਸ ਮੈਨੂੰ ਨਹੀਂ ਲੋੜ ਕੋਈ ਹੈਗੀ ਉਹ ਦੂਜੀ ਨੂੰ ਕਹਿ ਲਿਆ ਕਰ ਮੈਂ ਤਾਂ ਹੁਣ ਕਿਹਨੂੰ ਕਹਿਣਾ ਹੁਣ ਮੈਨੂੰ ਕਹਿਣਾ ਹੁਣ ਜਾ ਤੂੰ ਤੁਹਾਨੂੰ ਮੰਨ ਲਈ ਗੁਲਾਬ ਦਾ ਮੈਂ ਲੈ ਕੇ ਜਾਂਦਾ ਉਹ ਨਹੀਂ ਹਾਲ ਤਾਂ बेचारा तू पेड़िया वा है लै आ पानी पता नहीं कित्थे चल गई मूंह बना के खलोते रहिंदे जी मेरी गल सुनो एवें ना हर वेले ये ना करा करदा करेले खादे हुंदे आ ਤੁਹਾਡਾ ਦਿਓਰ ਆ ਦੋਵਾਂ ਜਣੀਆਂ ਦਾ ਬਸ ਇਹੀ ਕੀ ਕਰੀਏ ਅਗਾਂ ਦੇਰ ਦੇ ਅੱਗੇ ਪਿੱਛੇ ਭੱਜੀਆਂ ਫਿਰੀਏ ਹਾਂ ਲੋਕੀ ਦਾਦੇ ਨੇੜੀਆਂ ਭਰਜਾਈਆਂ ਹੁੰਦੀਆਂ ਦਿਓਰ ਉਹਨਾਂ ਦਾ ਲੜ ਲਾਂਦਾ ਵਾ ਛੋਟੇ ਬੱਚਿਆਂ ਵਰਗਾ ਹੁੰਦਾ ਪਰ ਤੁਹਾਨੂੰ ਤੇ ਕੋਈ ਹੈ ਹੀ ਫਰਕ ਨਹੀਂ ਸਾਰੀ ਦਿਹਾੜੀ ਕੰਮ ਕਰਦਾ ਰਹਿੰਦਾ ਮਰਦਾ ਰਹਿੰਦਾ ਵਿਚਾਰਾ ਤੇ ਉਲਟੀਆਂ ਉਹਦੇ ਗੱਲ ਪੈਂਦੀਆਂ ਰਹਿੰਦੀਆਂ ਕਿ ਆਪਣੇ ਵਾਸਤੇ ਕਰਦਾ ਸਾਡੇ ਵਾਸਤੇ ਕੰਡਿਆ ਆਪਣੇ ਵਾਸਤੇ ਉਹਦਾ ਕੀ ਆ ਤੁਹਾਡੇ ਸਾਰਾ ਕੁਝ ਹੋਣਿਆ ਵਾ ਜੀ ਉਹ ਨਹੀਂ ਰੋਟੀ ਖਾਂਦਾ ਹੈ ਹਾਂ ਰੋਟੀ ਨਹੀਂ ਖਾਂਦਾ ਰੋਟੀ ਤੁਸੀਂ ਨਹੀਂ ਖਾਂਦੀਆਂ ਪਾਣੀ ਲੈ ਕੇ ਨਹੀਂ ਕੋਈ ਆਇਆ ਮੈਨੂੰ ਜਾਪਦਾ ਹੁਣ ਘਰ ਜਾ ਕੇ ਪੀਣਾ ਪੈਣਾ ਹੀ ਫੜ ਯਾਰ ਮੈਨੂੰ ਤਾਂ ਤੇਰਾ ਧਿਆਨ ਰੱਖਣਾ ਪੈਂਦਾ ਭਰਾਵਾ ਕੀ ਕਰਨਾ ਹੈ ਇਹ ਪਾਣੀ ਘੜੇ ਦਾ ਕਿ ਫਿਲਟਰ ਦਾ ਜੀ ਪਤਾ ਨਹੀਂ ਮੈਨੂੰ ਕਹਦਾ ਹੀ ਉਹਨੇ ਭਾਬੀ ਤੇਰੀ ਨੇ ਪਾ ਕੇ ਦਿੱਤਾ ਹੀ ਉਹ ਪਾਣੀ ਆਦੇ ਫਿਲਟਰ ਦਾ ਪਤਾ ਨਹੀਂ ਕਾਦੀ ਭਾਬੀ ਮੇਰੇ ਨਾਲ ਦੁਸ਼ਮਣੀ ਕੱਢਦੀ ਹੈ ਕੀ ਗੱਲ ਇਹਨੂੰ ਸਵਾਦ ਨਹੀਂਗਾ ਤੱਤਾ ਪਾਣੀ ਦੇਤਾ
ਯਾਰ ਇਹਨਾਂ ਨੂੰ ਕਿਹੜਾ ਬੰਦਾ ਸਮਝਾਏ, ਚੰਗੇ ਭਲੇ ਘੜੇ ਲਿਆ ਕੇ ਦਿੱਤੇ ਆ ਤੇ ਠੰਡਾ ਪਾਣੀ ਹੁੰਦਾ ਤੇ ਉੱਥੋਂ ਪਾ ਕੇ ਨਹੀਂ ਦੇਣੀਆਂ। ਸਵੇਰ ਦਾ ਮੈਂ ਡਿਆ ਮਰਦ ਫਿਰ ਤੱਤਾ ਪਾਣੀ ਲੈ ਦਿੱਤਾ। ਚੱਲ ਕੋਈ ਗੱਲ ਨੀ, ਤੂੰ ਮਾੜਾ ਮੋਟਾ ਕਰ ਕੰਮ, ਮੈਂ ਕਰਦਾ ਇਹਨਾਂ ਦਾ ਇਲਾਜ ਆ ਕੇ। ਯਾਰ ਤੂੰ ਨਾ ਕੋਈ ਮਰ ਚੰਗੀ ਕਰੀ, ਚੰਗਾ ਆਹੋ ਐਵੇਂ ਲੜਾਈ ਪੈਂਦੀ ਉਹ ਘਰ। ਜੇ ਕੋਈ ਹੋਰ ਕੰਮ ਹੈਗਾ ਦੱਸ ਦਊ, ਤੇ ਮੈਂ ਬੰਬੀ ਤੇ ਆਇਆ ਵਾਂ। ਹੋਰ ਕੰਮ ਕਿਹੜਾ, ਇਹੋ ਬਸ ਆ ਪਨੀਰੀ ਦੀ ਤਿਆਰੀ ਕਰਦੇ ਰਹੀ ਹਾਂ, ਮੋਟਾ ਮੋਟਾ ਸਹੀ ਕਰ ਰਿਹਾ। ਚਲੋ ਠੀਕ ਹੈ, ਪੱਤੀ ਆਉਂਦੀ ਫਿਰ ਪਾਣੀ ਛੱਡ ਲਾਂਗੇ। ਚਲੋ ਠੀਕ ਹੈ, ਤੁਸੀਂ ਜਾਓ। ਤੇ ਮੈਂ ਜਾ ਕੇ ਘਰ ਕੋਈ ਕੰਮ ਕਰ ਵੇਖਿਆ, ਘਰ ਖਲਾਰਾ ਬੜਾ ਪਿਆ ਯਾਰ ਮਿਸਤਰੀਆਂ ਦਾ। ਚਲੋ ਸਾਂਭ ਲਾ ਤੁਸੀਂ, ਮੈਂ ਕਰ ਦਿੰਦਾ ਤਿਆਰੀ। ਆਹੋ ਤੇ ਤੈਨੂੰ ਪਤਾ ਹੀ ਆ। ਹਾਂਜੀ, ਤੇ ਆਹ ਕੰਮ ਇੰਨਾ ਕਰ ਰਿਹਾ, ਫਿਰ ਕੋਈ ਹੋਰ ਵੇਖਨੇ ਆ ਕੰਮ। ਚਲੋ ਕੋਈ ਆ ਜੀ, ਨਾਲੇ ਟਾਈਮ ਨਾਲ ਰੋਟੀ ਰਾਟੀ ਖਾਣ ਕੇ। ਠੀਕ ਹੈ ਕੋਈ ਨਹੀਂ, ਆ ਜਾਣਾ। ਜੀ ਦਾ ਵੀ ਸਫਾਈ ਕਰਨ। ਹਾਂਜੀ ਦੀਦੀ, ਮੈਂ ਕਹਿੰਦੀ ਨੇ ਕਿ ਇਹ ਤੋਂ ਚੜ ਜਾਂਦੀ ਨੇ, ਮੈਂ ਕਿਹਾ ਚਲੋ ਮੈਂ ਧੁੱਪ ਚੜ ਤੋਂ ਪਹਿਲੇ ਕੰਮ ਕਰ ਲਈਏ। ਚਲ ਵਧੀਆ ਵਾ, ਠੰਡੇ ਠੰਡੇ ਜਿੰਨਾ ਕੰਮ ਕਰ ਲਈ ਉਹਨੇ ਚੰਗਾ। ਹਾਂਜੀ, ਫਿਰ ਮੁੜ ਕੇ ਇੱਕ ਰੋਟੀ ਖਾ ਲਓ ਫਿਰ ਨੀਂਦ ਬੜੀ ਆ ਜਾਂਦੀ। ਰੋਟੀ ਖਾਦਾ ਦੋ ਸਵੇਲੇ ਨੀਂਦ ਆ ਜਾਂਦੀ ਤੇ ਫਿਰ ਇਹ ਹੁੰਦਾ ਵੀ ਦੁਪਹਿਰ ਲੰਮੇ ਪੈ। ਹਾਂਜੀ, ਤੇ ਮੇਰੀ ਸੁਣ ਗੱਲ, ਹਾਂਜੀ ਉਹ ਤੇਰੇ ਦੇਰ ਨੇ ਆਉਣਾ ਹੀ ਬਾਹਰੋਂ। ਹਾਂਜੀ, ਉਹਦੇ ਅੰਦਰ ਖੁਲ ਕੇ ਦਸ ਲਾ ਦੇ, ਉਹਨੇ ਤਾਂ ਹੁੰਦੇ ਝੁਲਸਣ ਡਿਆ ਪੈਣਾ। ਠੀਕ ਹੈ ਦੀਦੀ, ਤੁਸੀਂ ਲਾ ਦਿਓ। ਮੇਰੇ ਕੋਲ ਨਹੀਂ ਲੱਥ ਦੇ, ਮੈਂ ਸਵੇਰ ਦੀ ਦੂਜੇ ਪਾਸੇ ਬੜੀ ਸਫਾਈ ਕਰਨ ਵਾਲੀ ਮਿਸਤਰੀ ਚ ਲੱਗੇ ਸੀ ਤੇ ਖਲਾਰਾ ਪਾਇਆ ਸੀ ਤੇ ਮੈਂ ਉਹਦੀ ਉਧਰਲੇ ਅੰਦਰਾਂ ਚ ਡਈ ਆ। ਕੋਈ ਨੀ, ਥੋੜੇ ਹੀ ਦੇਣ ਵਾ, ਮੁੜ ਕੇ ਮੈਂ ਵੀ ਲਾ ਦਿਆ ਕਰਾਂਗੀ। ਇਹ ਆ ਵੀ ਜਿੰਨੇ ਦਿਨ ਮਿਸਤਰੀ ਲੱਗੇ ਆ ਨਾ, ਉਨੇ ਕੁ ਦੇ ਰਲ ਮਿਲ ਕੇ ਕਰ ਲਿਆ ਕਰੀਏ। ਚਲੋ ਕੋਈ ਨੀ, ਫਿਰ ਮੈਂ ਲਾ ਦਿੰਦੀ ਹਾਂ। ਤੁਹਾਨੂੰ ਇੱਦਾਂ ਨਾ ਕਰੇ, ਜਦੋਂ ਆਏਗਾ ਭਾਅ ਜੀ ਫਿਰ ਲਾ ਦਾਂਗੇ। ਬਲਜੀਤ, ਆਹ ਗੱਲ ਨਾ ਕਹਿ, ਉਹਦਾ ਪਤਾ ਤਾਂ ਹੈਗਾ ਵਾ, ਜਦੋਂ ਆਉਂਦਾ ਵਾ ਨਾ ਆਉਂਦਾ ਰੋਟੀ ਨਹੀਂ ਪੱਕੀ ਹੁੰਦੀ, ਪਹਿਲੇ ਨੰਬਰ 'ਤੇ ਉਹ ਮਾਂ ਨੂੰ ਸ਼ਿਕਾਇਤ ਲਾਉਂਦਾ, ਮੁੜ ਕੇ ਤੇਰੇ ਜੇਠ ਨੂੰ ਲਾ ਦਿੰਦਾ ਅਤੇ ਸਾਰੇ ਟੱਬਰ ਨੂੰ ਸਾਡੇ ਦੁਆਲੇ ਕਰਾ ਦਿੰਦਾ ਤਾਂ ਰਹਿੰਦੀ ਖੁੰਦੀ ਸਾਡੇ ਘਰ 'ਚ ਲੜਾਈ ਪੈ ਜਾਂਦੀ ਹੈ। ਸਾਰਾ ਦਿਨ ਤੇਰਾ ਭਾਅ ਜੀ ਮੂੰਹ ਵੱਟ ਕੇ ਬੈਠਾ ਰਹਿੰਦਾ, ਉਹਨੂੰ ਤੁਸੀਂ ਰੋਟੀ ਨਹੀਂ ਟਾਈਮ ਨਾ ਦਿੰਦੀਆਂ। ਦੀਦੀ ਮੈਂ ਰੋਟੀ ਲਾ ਦਿੰਦੀ ਹਾਂ, ਇੱਦਾਂ ਕਿੱਦਾਂ ਚੁਗਲੀ ਕਰ ਦੇਗਾ ਉਹ। ਚੱਲ ਠੀਕ ਹੈ, ਲਾ ਲਾ ਫਿਰ, ਲੇਟ ਨਾ ਹੁਣ ਹੋ ਜੀ। ਠੀਕ ਹੈ ਦੀਦੀ, ਮੈਂ ਲਾ ਦਿੰਦੀ। ਆ ਇਹਨਾਂ ਦਾ ਫੋਨ ਆ ਗਿਆ ਏ। ਹੈਲੋ, ਹਾਂਜੀ ਕਿੱਦਾਂ? ਬਸ ਸਾਡਾ ਵੀ ਠੀਕ ਆ। ਹੋਰ ਕੀ ਕਰਨ ਡੇ ਤੁਸੀਂ? ਠੀਕ ਹੈ, ਬਸ ਹੁਣ ਮਿਸਤਰੀ ਦਾ ਕੰਮ ਥੋੜ੍ਹਾ ਹੀ ਰਹਿ ਗਿਆ। ਹਾਂਜੀ, ਤੁਸੀਂ ਕਦੋਂ ਆਉਣਾ ਹੁਣ? ਠੀਕ ਹੈ, ਚਲੋ ਠੀਕ ਹੈ ਫਿਰ, ਹੈ ਫਿਰ ਚੰਗਾ ਹੈ, ਓਕੇ। ਬਲਜੀਤ ਕਿੱਥੇ ਆ? ਇਹਨੂੰ ਤਾਂ ਮੈਂ ਆਖਿਆ ਸੀ ਫੁਲਕੇ ਲਾ ਹੀ। ਚੱਲ ਏਦਾਂ ਕਰਨੀ ਹੈ, ਰੋਟੀ ਉਹ ਲਾ ਗਈ ਆ ਤੇ ਮੈਂ ਫੁਲਕੇ ਫੜਾ ਹੀ ਦਿੰਦੀ ਹਾਂ। ਜਿਹੜੀ ਗੱਲ ਤੋਂ ਡਰਦੇ ਹਨ ਹੁਣ ਉਹ ਹੋ ਜਾਣੀ, ਉਹਨੇ ਹੁਣ ਲੜਾਈ ਪਵਾ ਦੇਣੀ। ਦੀਦੀ ਉਹ ਆ ਵੀ ਗਿਆ ਛੇਤੀ, ਲੈ ਉਹਨੂੰ ਤਾਂ ਅੱਗੇ ਮਾੜੀ ਜਿਹੀ ਸੂਈ ਹੋ ਜੇ, ਅੱਠ ਤੇ ਦੋਸੇ ਵੇਲੇ ਰੋਟੀ ਖਾਣ ਆ ਜਾਂਦਾ। ਚਲੋ ਕੋਈ ਨਾ, ਮੈਂ ਹੁਣੇ ਇਹਨੂੰ ਰੋਟੀ ਲਾ ਦੇਣੀ ਤੇ ਲੜਾਈ ਤੇ ਪੈ ਹੀ ਗਈ ਹੈ ਨਾ, ਫਿਰ ਵੇਖੀ ਸਹੀ ਹੁਣ ਹਾਲ ਲਾ ਦੇਣੀ ਛੇਤੀ ਇਹਨੂੰ ਬਿਠਾ ਲਾ ਦਵਾ ਤਾਂ ਆ ਗਿਆ ਮੇਰਾ ਪੁੱਤ ਕੰਮ ਕਰਕੇ। ਹਾਂਜੀ ਵੀਰ ਜੀ, ਅੱਜ ਕੀ ਕੀਤਾ ਹੈ? ਅੱਜ ਪਨੀਰੀ ਬੀਜਣੀ ਤੇ ਉਹਦੀਆਂ ਵੱਟਾ ਵੱਟਾ ਪਾ ਕੇ ਆਏ ਆ ਮੈਂ, ਬੱਤੀ ਆਉਂਦੀ ਤੇ ਪਾਣੀ ਛੱਡ ਕੇ ਪਨੀਰੀ ਬੀਜਣੀ। ਚੱਲ ਚੰਗਾ ਵਾ, ਤੇ ਕੋਈ ਖਾਧਾ ਪੀਤਾ ਏ? ਨਹੀਂ, ਵੱਡੀ ਭਾਬੀ ਨੂੰ ਕਿਹਾ ਰੋਟੀ ਲਿਆਓ, ਲੈ ਅੱਗੇ ਲਿਆਉਣਾ। ਅੱਛਾ, ਚੱਲ ਚੰਗਾ ਹੈ, ਅੱਗੇ ਇਕੱਲਾ ਹੀ ਖਾਧਾ ਰਹਿੰਦਾ ਸੀ, ਹੁਣ ਤੂੰ ਵੀ ਨਾਲ ਡਹਿ ਪਿਆ ਵਾ ਕਰਨ ਥੋੜ੍ਹਾ ਬਹੁਤਾ, ਤੇ ਜੇ ਉਹ ਵਿਚਾਰਾ ਬਾਹਰ ਵਾਲਾ ਵਾ ਤੇ ਉਹ ਵੀ ਘਰੇ ਕਮਾਈ ਕਰਦਾ ਤੇ ਕੁਝ ਬਣਾਓਗੇ ਆਪਣਾ,
ਕੱਠੀ ਕਮਾਈ ਹੋਏਗੀ ਤੇ ਕੁਝ ਬਣਾਓਗੇ ਵਧੀਆ ਵਾ ਵੀ ਰੋਟੀ ਲੈ ਕੇ ਨਹੀਂ ਆਏ ਜੀ ਫਿਰ ਰੋਟੀ ਲੈ ਕੇ ਨਹੀਂ ਆਈ ਮੈਂ ਲਿਆਵਾਂ ਪਤਾ ਲਿਆਓ ਫਿਰ ਲੜਾਈ ਪਵਾਉਂਦਾ ਇੱਕ ਮਿੰਟ ਵੀ ਅੱਗਾ ਪਿਛਾ ਜੇ ਨਾ ਤੇ ਸਿਰ ਚੁੱਕਣੇ ਲੈ ਲੈਂਦੇ ਹਾਂਜੀ।